சந்திதாத்தை பலம் அந்த படம். نظارہ حسین دا اللہ نے کائنات بنائی ڈھیل نہ لگی لفظ کنا کھاتے بن گئی پوری کائنات میرے اللہ دے ارادے دا سمر ہے ارادہ کیتے سے کائنات بن گئی لفظ کنا کھنات او میں دسے نا اپنے عقیدے دے مطابق کون آکھن نال کیڑی مخلوق بنی ہے تے باقی کائنات کہندے اشارے نال بنی ہے پوری توجہ حسین والے او پھر سنو کے عرض کریاں نبیاں دے یار بڑے چہرے میرے سامنے بڑے تعلیم یافتہ لوگ ہوں تو اللہ کی مہربانی جا جا تو سکول ہے اکیڈمی پہلے تو قدرے کتیں سکول ملتے ہیں اور میں بھی ایک اکیڈمی کی بات کرنی ہے پاک ادارہ تے دسنے اندے معلم کون ہے نوں دا سرپرست کون ہے تے او ادارہ تعلیمی اللہ دی کیڑی دھرتی تے تے کتنا پاک شیر سنے کے عرض کریاں اللہ دی دس گیا پاک دارا بسی میں مستی چراہ تھا سادو آرام سر میں اتنا لائی کھڑا بھائی میرے سوئی دن دے سر نہیں پہنچتے پائے تو میں آپ نال ودا مریض آ تھوڑے میرا احساس سے کرو ہے پاک ادارہ استاد چودھا تے چودھا نے چودھا معصوم بارہ امام ایک نبی ایک بطول
کیا عظمت ہے اس ادارے، اور اس ادارے واسطے چند چیزاں کا ہونا ضروری، اساتذہ کا ہونا ضروری، جنہاں ادارہ چل گئے، طلباء دا ہونا ضروری، پرنسپل دا ہونا ضروری، پروفیسر دا ہونا ضروری، ہونٹس دا معلم چوڑھا پرنسپل کون، پروفیسر کون، تے طالب علم کون، اس ادارے چ پڑھن والے، اور اس ادارے کو جھکن والے کون، یقیناً ہر بندے کو لطفا سی بڑا عظیم تے پیارا جیا شیر ہے، پوری توجہ نال سن کے عرض کریاں، ارے سارے پڑھتا پیاں ڈو مقتولا دیا بعد مرن دے، اللہ کا دوست آج پیاں ڈو مقتولا گل اگلی سمجھی، نہیں ہویا اکھیاں بند، کیڑے جمالی والے ایک مسلم پوتر عقیل دہے کتنا پاندے او دوجھے دیا دی
ਬੇਨ ਦੇ ਗੱਲ ਚ ਬਾਈ ਪਾ ਕੇ ਅੱਜ ਜਿਹੜਾ ਮੈਂ ਕੁਰਬਾਨੀਆਂ ਦੇਣੀਆਂ ਨੇ ਉਹ ਨਬੀ ਵੀ ਨਹੀਂ ਦੇ ਸਕੇ। ਮੈਂ ਕੋਈ 18 ਸਾਲਾਂ ਦੀ ਕੁਰਬਾਨੀ ਦੇ ਸਾ, ਕੋਈ 32 ਸਾਲ ਦਾ ਪੋਰੀਆ ਦੇ ਸਾ। ਜੋਗੀ ਆ ਸ਼ਬੀਰ ਅੱਠ ਦੇ ਲਹਾਜ਼ਾ ਦੀ ਸੁਬਹ ਦੀ ਨਮਾਜ਼ ਜਿਹੜੇ ਲਈ ਮੁਸਲਿਮ ਪੜ੍ਹਾਈਏ ਨਾ ਪੂਫਾ ਦੀ, ਮੈਂ ਤੁਹਾਡੇ ਮਿਜ਼ਾਜ ਹਟਾਵਣਾ ਨਹੀਂ ਚਾਹੁੰਦਾ। ਅਠਾਰਾਂ ਹਜ਼ਾਰ ਤੋਂ ਗਿਣ ਕੇ 80,000 ਤੱਕ ਰਿਵਾਇਤ ਇਹ ਜਿਹੜੇ ਕੂਫੇ ਵਾਲਾ ਮੁਸਲਿਮ ਦੇ ਹੱਥ ਤੇ ਪਈ ਰੱਖੀਦੀ ਹੈ। ਲੇਕਿਨ ਇੱਕ ਜ਼ੁਲਮ ਦਾ ਬਾਨੀ ਗਵਰਨਰ ਬਣ ਕੇ ਆਏ ਉਬੈਦੁੱਲਾ ਇਬਨ ਜ਼ਿਆਦ, ਅੱਲਾਹ ਇਹਦੇ ਉੱਤੇ ਲਾਨਤ ਕਰੇ। ਜਦ ਇਹ ਆਏ ਕਿਨਹਾ ਕੋ ਲਾਲਚ ਦਿੱਤੀ ਹੈ, ਕਿਨਹਾ ਕੋ ਕਤਲ ਦੀਆਂ ਧਮਕੀਆਂ ਤੇ ਘਰ ਜਲਾਵਣ ਦੀਆਂ, ਮੁਸਲਿਮ ਦੀ ਬਈਅਤ ਛੁੜੇਂਦੇ ਗਏ। ਫਜਰ ਦੀ ਨਮਾਜ਼ ਜਿਹੜੇ ਵੇਲੇ ਮੁਸਲਿਮ ਪੜ੍ਹਾਈਏ ਨਾ, 8 ਦੇ ਲਹਜ ਤੇ ਨਹੀਂ ਸੁਬਹ ਦੀ, ਤਾਂ ਊ ਵਾਲੇ ਮਸਜਿਦ ਕੂਫਾ ਸਫਾ ਨਾਲ ਭਰੀ ਹੋਈ ਹੈ। ਜਦੋਂ ਮਗਰਬ ਤੇ ਅਸ਼ਾ ਦੀ ਨਮਾਜ਼ ਮੁਸਲਿਮ ਪੜ੍ਹਾ ਕੇ ਪਿੱਛਾ ਬਿਠੇ ਤਾਂ 5 ਬੰਦੇ ਬਾਕੀ, ਰੋਸ਼ਨ ਤੋਂ ਉਤਨਾ ਜਿਤਨਾ ਅਲੀ ਦੀ ਉਜੜੀ ਹੋਈ ਜੀ ਕੋ ਕਬੂਲ ਹੈ। ਮਸਜਿਦ ਤੋਂ ਬਾਹਰ ਜਿਹੜਾ ਹੈ ਤਾਂ ਉਹ 5 ਬੰਦੇ ਵੀ ਛੋੜ ਦੇ ਪਿੱਛੇ ਆਸਮਾਨ ਦਾ ਮੂੰਹ ਕਰਕੇ ਆਦੇ ਮੈਦਾਨ ਲਾ, ਹੁਣ ਮੈਂ ਗਰੀਬ ਹਾਂ, ਹੁਸੈਨ ਦਾ ਖਤ ਲਿਖ ਬੈਠਾ ਜੋ ਭੇਣੀ ਕੋ ਕੂਫੇ ਘਿੰਨਾ ਤੇ ਕੂਫੇ ਵਾਲੇ ਸਾਥ ਛੋੜ ਗਏ। ਦੋਹਾਂ ਪੁੱਤਰਾਂ ਕੋ ਨਾਲ ਲਾਇ, ਪੱਥਰ ਦਾ ਦਿਲ ਪੈਦਾ ਨਹੀਂ, ਔਲਾਦ ਹਰ ਕਹਿ ਕੋ ਅਜ਼ੀਜ਼ ਹੁੰਦੀ, ਜਿਹਦਾ ਬੇਵਾਰਸ ਠੀਕ ਹੈ ਨਾ, ਗਲੀਆਂ ਚੁਰਦਾ ਵੱਧ। ਉਬੈਦੁੱਲਾ ਇਬਨ ਜ਼ਿਆਦ ਬੇਗੈਰਤ ਨੇ ਐਲਾਨ ਕਰਾ ਦਿੱਤਾ, ਜਿਹੜਾ ਮੁਸਲਿਮ ਕੋ ਪਨਾਹ ਦੇਵੇ ਉਹਦਾ ਘਰ ਹੀ ਜਲਾ ਦਿਓ, ਉਹ ਕੋ ਕਤਲ ਹੀ ਕਰ ਦਿਓ। ਨਮਾਸ਼ਾ ਟਲੀ ਹੋਈ ਹੈ, ਜਿਹੜੇ ਬੂਹੇ ਤੇ ਬਹਿੰਦੇ ਆਵਾਜ਼ ਦਿੰਦੇ, ਅੱਗੋਂ ਦਰਵਾਜ਼ਾ ਕੋਈ ਨਹੀਂ ਖੁੱਲ੍ਹਦਾ ਤੇ ਹਰ ਕੋਈ ਆਦੇ ਮੁਸਲਿਮ ਸਾਡੇ ਦਰ ਤੇ ਨੱਖਲ ਤੁਰੋ। ਥੱਕ ਥੱਕ ਕੇ ਕੂਫੇ ਦਾ ਇੱਕ ਕਾਜ਼ੀ ਹੈ ਜਿਹਦੇ ਦਰਵਾਜ਼ੇ ਤੇ ਮੁਸਲਿਮ ਆ ਖੜੇ, ਦਸਤਕ ਦਿੱਤੀ ਹੈ ਇੱਕ ਕਾਜ਼ੀ ਬੂਹੇ ਦੇ ਅੰਦਰ ਆ ਖੜੇ, ਦਰਵਾਜ਼ਾ ਖੋਲਾ ਨੇ ਆਦੇ ਕੌਣ ਹੈ? ਗਰੀਬ ਆਦੇ ਮੈਂ ਮੁਸਲਿਮ ਹਾਂ। ਕਾਜ਼ੀ ਆਦੇ ਤੁਰ ਵੱਜ, ਮੇਰੇ ਬੂਹੇ ਤੇ ਨਾ ਖੜੋ, ਐਲਾਨ ਨਹੀਂ ਸੁਣਾ, ਜਿਹੜਾ ਮੁਸਲਿਮ ਕੋ ਪਨਾਹ ਦੇਵੇ ਕੋ ਕਤਲ ਕਰ ਦਿਓ, ਉਹਦਾ ਘਰ ਜਲਾ ਦਿਓ। ਹੁਸੈਨ ਦਾ ਤੱਸਾ ਵਕੀਲ ਆਦੇ ਆਪਣੀ ਪਨਾਹ ਵਾਸਤੇ ਨਾ ਆਇਆ, ਕਾਜ਼ੀ ਔਲਾਦ ਹਰ ਕਹਿ ਕੋ ਪਿਆਰੀ ਹੁੰਦੀ, ਮੈਂ ਤੇਰੀ ਮਿਹਨਤ ਕਰਦਾ, ਮੈਂ ਕੋ ਪਨਾਹ ਨਾ ਦੇ, ਮੈਂ ਦੇਣਾ ਦੂ ਛੋਟੇ ਪੁੱਤਰਾਂ ਕੋ ਪਨਾਹ ਦੇ, ਜਿਹੜਾ ਨੀਂਦ ਕੇ ਆਇਆ ਬੈਠੇ ਕਲਾ ਨਾ ਹੋ ਸੀ ਰੂਹਾਨੀ ਆਪਣੇ ਮਜਲਿਸ ਵਿੱਚ, ਇਹ ਆਦੇ ਤੇਰੇ ਪੁੱਤਰਾਂ ਕੋ ਪਨਾਹ ਦੇਵਾ ਤਾਂ ਗੱਲ ਤਾਂ ਉਹ ਰਹਿ ਗਈ, ਮੈਂ ਕਤਲ ਹੋ ਵੈਸਾ, ਮੇਰਾ ਘਰ ਜਲਾ ਦਿੱਤਾ ਵੈਸੀ, ਮੇਰੇ ਬੱਚੇ ਕਤਲ ਕਰਾ ਦਿੱਤੇ ਵੈਸਾ, ਲਿਆਦਾ ਮੈਂ ਕੋਈ ਪਨਾਹ ਨਾ ਦੇ ਸਕਦਾ। ਹੁਣ ਝੋਲੀ ਨਰਾਜ਼ ਕਰ ਬੈਠੇ ਜਿਹੜੇ ਨੇਕ ਹਾਜਾਤ ਗਿੰਨਾ ਹੈ, ਉਹ ਹੀ ਦੁਆ ਮੰਗ ਬੈਠਾ ਤੇ ਹੁਸੈਨ ਦੇ ਵਕੀਲ ਦੀ ਗੁਰਬਤੀ ਸੁਣ ਬੈਠਾ, ਜਿਹੜਾ ਇਨਕਾਰ ਕੀਤਾ ਸੀ ਜੋ ਇਹਨਾਂ ਕੋ ਵੀ ਪਨਾਹ ਨਾ ਦੇ ਸਕਦਾ, ਮੁਸਲਿਮਾਂ ਦੇ ਮੇਰੀ ਗੁਰਬਤ ਦਾ ਤਰਸ ਕਰ, ਚਲੋ ਪਨਾਹ ਨਾ ਦੇ, ਮੇਰੇ ਉੱਤੇ ਇਤਨੀ ਮਿੰਨਤ ਲਾ, ਤੂੰ ਦਰਵਾਜ਼ਾ ਖੋਲ, ਮੈਂ ਪੁੱਤਰਾਂ ਕੋ ਅੰਦਰ ਭੇਜੇ ਨਾ। ਜਿਹੜਾ ਦਰਵਾਜ਼ੇ ਦੇ ਅੰਦਰ ਆ ਵੰਜਨ ਦਰਵਾਜ਼ਾ ਬੰਦ ਚੱਕਰੇ ਤਾਕ ਦੇ ਵੀਲਾ ਕਿਤੋਂ ਦੇਖੇ, ਉਹ ਸਾਹਮਣੇ ਗਲੀ ਵਾਲਾ ਮੋੜ, ਜਿਹੜਾ ਮੈਂ ਵੱਲ ਵੰਜਾ ਵੱਤ ਦਰਵਾਜ਼ਾ ਖੋਲ ਕੇ ਮੇਰੇ ਪੁੱਤਰਾਂ ਨੂੰ ਜੋੜ, ਅੱਲਾ ਤੇਰਾ ਭਲਾ ਕਰੇ, ਅੱਲਾ ਤੇਰਾ ਭਲਾ ਕਰੇ ਜੀ। ਬਿਸਮਿਲ੍ਲਾਹ ਗੁਰਬਤ ਗੁਰਬਤ ਭਲਾ ਤੁਹਾਡਾ ਭਲਾ ਹੋਵੇ, ਹੁਸੈਨ ਦੇ ਤਸੇ ਵਕੀਲ ਦੇ ਦੁੱਖ ਸੁਹਾਵਣ ਵਾਲੇ ਤੁਹਾਡਾ ਭਲਾ ਹੋਵੇ, ਕਿਹੜੀ ਗੁਰਬਤੀ ਆਈ ਮੁਸਲਿਮ ਦੀ, ਦਰਵਾਜ਼ਾ ਖੋਲ ਮੈਂ ਪੁੱਤਰਾ ਕੋ ਅੰਦਰ ਭੇਜੇ ਨਾ, ਬੂਹਾ ਬੰਦ ਕਰ ਤਾਕ ਦੇ ਵੀ ਲਾ ਕੇ ਚੋ ਦੇਖ, ਮੈਂ ਟੁੱਟਦਾ ਸਾਹਮਣੇ ਗਲੀ ਵਾਲਾ ਮੋੜ, ਜਿਹਦਾ ਮੈਂ ਵੱਲ ਵੰਜਾ ਵੱਤ ਨੇ ਕੋ ਟੋਰ ਛੋੜੇ, ਇਹਨਾਂ ਦਾ ਨਸੀਬ ਆਪਣਾ, ਇਹ ਆਦੇ ਨਹੀਂ ਮੈਂ ਇਤਨਾ ਹੀ ਨਾ ਕਰ ਸਕਦਾ, ਮੈਂ ਦਰਵਾਜ਼ਾ ਖੁੱਲੇ ਤਾਂ ਹੀ ਨਹੀਂ। ਮਜਬੂਰ ਥੀ ਇਹ ਮੁਸਲਿਮ ਬੈਠੇ ਜ਼ਮੀਨ ਤੇ,
وڈے کو سجے مونڈے نال لائے سی چھوٹے کو کھبے مونڈے نال منظر نہ چکے عبادت کرنی ہے دعا کو چاہیے دے آسمان تو منہ کر کے آدھا دے میرا اللہ شالا یہ جیا غریب کوئی نہ ہو اوے روے اوے جیڑے علی دی دھی چاہنی ہے او کمار کے رونا مومن دی شان ہے اللہ گواہ نے جڑا اوہی گلی دے موڑ تے آئے جڑی گلی دے موڑ دا قاضی کو آکھاس جڑا اوہ موڑ تے آئے بے وس تھی گئے ہاتھ ترجھیا نے سچیندا دے انہاں پتراں کو اپنے تو کیویں جدا کراں میں جدا نہ کراں تے میرے اکھیں دے دہدے مریندے راسن پیچھے جدا بے وس تھی اے آسمان تو منہ کر کے دعا منگی اس میرا اللہ میں تے کو اپنے سردار حسین دی غربت دا واسطہ دیتا میرا اللہ میں تے کو اپنے سردار حسین دی بھین دی چادر دا واسطہ دیتا میری غربت ترس کر لب سونا مٹی تے بہ کے رونا لا حوصلے بعد میری غربت ترس کر میرا اللہ میرے پترا تے نیندر مسلط کر جو میں اپنے تو جدا کر سکاں ہائے غریبی بلا ہوئی کئی بندے کیوں شرما کے بیٹھے رہتے ہو یار میرا اللہ میرے پترا تے نیندر مسلط کر دے میں اپنے تو جدا کر سکاں میرے دیکھیے جمالی دا غیرت مندا اج لفظ دعائی ختم نہ ہوئے جو مسلم ڈٹھا ہے وڈے دا ساری پیو دے مونڈے تو لان لگی ہے چھوٹے دا ساری پیو دے مونڈے تو لان لگی ہے جی میں نمازی تشت تے باندھے مسلم وڈے کو جدا کر کے مٹی تے سمایا سنال چھوٹے کو سما کے وڈے دے ہاتھ چھوٹے دے سینے تے رکھ کے آدے امان میری حوالے اللہ دے اللہ تیرا بھلا کر نمازشاں کلی ہوئی آئی اے مومنہ بھائی دروازے تے آئیے دروازہ بند کرن واسطے ڈٹھا ہے کوئی بندہ بیٹھے آج یہ بندہ ہے خدا اے وقت کہنے در تے باہر دا نہیں اپنے گھر ٹروائے مسلم آدھے بھائی توا میرا گھر ہو گیا تو میں تیرے در تے باہر ہوں آج یہ گھر ہے ہی یا نہیں ٹروائے سنا نہیں مسلم کو فوجا لبدیاں ہوتی ہیں ٹھنڈا سا بھر کے آدھے سنیان وہ مسلم مائے گا مومنہ ہائی قدمہ پہ مت رکھا ہے ساتھ یہ بات یہ تھنا بھائے کنیز دا گھر آ دے رہی آ اندر لنگ اندر گھن آئیے کھانے دا انتظام کرن لگی ہے مسلم آدھے کھانا نہ دے آستابا پانی نہ دے میں تجدید وضو کراں مسلح بچھا دے میں اللہ دی نماز پڑھتا مسلم نماز پڑھیے اندے پوتر نے مخبری کیتی ہے جو مسلم سارا مہمان ہے فوجا چڑھیے ہر کوئی لفظ آوے تو للہ ناراض نہ ہوئے تیرا بارواں پردہ ہے غیبت چ رت رو کے آدھا بیٹھا ہے جڑا ظلم تے پردہ پی سی وہ ظالما چوٹھی سی وہ سارا دوست نہیں اللہ گواہ نے نماز پڑھتا بیٹھا جو فوج جاتا ہوا تو دروازے پہ آئے آواز دیتی نے مسلم کو باہر کڈھو وگرنہ پردے دا کوئی حیا نہ کرے سو ای مائی نے تلوار چاہیے مسلم پوچھے کن ویندی آدھی جے تے جیندیاں تیرے فوج نہ ہوئے تو میرا مہمان ہے حسین دا وکیل ہے مسلح چھوڑا ہے سادے میں شریعت دے بانی دے نوکرہ میں شریعت واقفہ عورتوں واسطے جنگ واجب نہیں
ये तलवार में पूरे तवा दिए डाढ़ा तसे दिए आज अली दे तसे शेर दी जंग की देख देख जो हाशमी लड़दे की में तलवार की दी इस तकबीर दी आवाज बुलंद करके मुस्लिम बह निकले जंग शुरू थी बहु रो बैठे दो लफ्ज होर च सुनते दुआ देवो जंग छिड़ गई हर कोई आदब दे मारो पलाओ मारा कोई नथ छुड़ावना हाशमिया बड़ी जंग की थी लेकिन कल्ला जो हाथ थक गई है एक बेगैरत वार कीते मुस्लिम दे दंद शहीद होठ कटे संभल दौदा बे बेगैरत गुरज दवार कीते मुस्लिम दे तलिया जमीन ते अलगी होले मुस्लिम को गिरफ्तार कीते ने हाथ इंज नहीं बदे हाथ कंड पिछो बदे नाला के दरबार च घेना हर के सलाम की ते मुस्लिम सलाम नहीं की तो इब्ने रियाद आज सलाम करे मैं कुछ देवाद लानत करा तेरी अताते आज मैं अमीरा हुसैन द वकील आज मेरा अमीर हुसैन मैं तेरे ते लानत करे ना आज कोई वसीयत इत कर मुस्लिम आज भाई कोई नहीं मैं कूफा च मकरूज ए मेरी जिले मेरी तलवार मेरा गोला बेच के मेरा कर्ज अदा कराए मेरे कुछ वचन दे बाद मेरा खून अलूदा चोला कोई बंदा जा के हुसैन मक्के आया होए ने कौन गए शबीर कूफे नावे वकील मारी अभी थक गए आदे न मने सू तेरा कर्ज अदा करे सू ए बेगैरत आदे जल्दी करो मुस्लिम को दारुल अमारा दी चोटी ते घेन वन्यो डू जला जाते आडर दिते दी न सर कलम कर दियो लाश बाजार सट छोड़ो थक नहीं ना तेरे थकान दी गई अल्लाह गवाह इन मंजर जवालत शबीर दखे में लगे हैं शबीर आदे अब्बास मैं कूफे दे रहा ते कुर्सी बादे इतना रोसे जितना सैन को कबूल है मैं कूफे दे रहा ते कुर्सी बादे शबीर कुर्सी ते बैठे कूफे दे दे बैठे रोंदा बैठे गादी कोल है मौला क्यों रोने जब मैं नौकर जी ना शबीर आदे गादी हो तू इमाम हो या मेरे रोवर दन पुछे हो आदे मौला दसा दसाई क्यों रोने शबीर आदे दसा तू वलीद जलाल आले सबर में कर सक से आदे हरा उठी मंजल ते जिथी आखे चुप कर कदा ना बोला हुन सबर करे ना शबीर आदे सबर करने ते मेरे अंगले चुड़े ओ जमाली आले आज नगा दी जिथे इवे बादा बादा मिट्टी ते बैगी है शबीर ते कदम नपने आदे माद खाली वल्ले नवाते इजाजत दे मैं कूफे वैदा शबीर आदे जंग करण वैदे जंग ना करे ना उची माड़ी है मेरे मुस्लिम भिराए ओ मेरे मुस्लिम भिरा दे हाथ बदले सजो खदिल जला तलवार चाई गले मुस्लिम सर झुकाई गले आज जंग करण होए ने जदा के जंग करण होए ने मुस्लिम आज जदा के जंग करण होए ने अब्बास कदमाए च झलाए सैन दा पुत्र जंग ना कराने ना इजाजत दे क्यों
تمہاری عبادت قبول کرے بابا سر شبیر انگلی تھائی رکھے میں بلانا غالی کن وینے غالی ہاتھ بن کے آدھے بھین دکھے میں وینے رکیہ دکھے میں وینے کیوں عباس بولے عباس بھوک مارے روک کے آدھے شبیر آدھے کیوں دیکھا شبیر آدھے تو دیکھا